ਮੁੱਲੇ ਤੇ ਲੱਗਿਆ ਵੀ ਕੁਛ ਪਿੰਡ ਲੱਗਿਆ ਇੱਥੇ ਤਾਂ ਹੀ ਲੱਗਿਆ ਕਿੰਨਾ ਕੁ ਪਿੰਡ 80,000 ਰੁਪਇਆ ਲੱਗਿਆ 80,000 ਰੁਪਇਆ ਠੀਕ ਹੈ ਅੱਜ ਉਹ ਫਿਰ ਕੁਛ ਲੱਗਿਆ ਨਹੀਂ ਤੇ 85,000 ਰੁਪਇਆ 80,000 80,000 ਲੱਗਿਆ 80,000 ਕੋਈ ਘਾਟ ਤਾਂ ਨਹੀਂ ਗੀ ਕਰਦਾ ਫਿਰਦਾ ਓਕੇ ਜਮਾ ਵਧਦਾ ਵਧਦਾ ਭਾਈ ਮਾਲ ਨਾ ਜਾਂਦਾ ਨਹੀਂ ਇਹ ਬੋਕ ਲਿਆ ਕਿੱਥੋਂ ਸੀ ਲਿਆ ਆਪਾਂ ਮੰਡੀ ਤੇ ਖਰੀਦਿਆ ਸੀ ਇੱਥੇ ਕਿੱਡਾ ਕਾ ਖੀਰਾ ਬੱਚਾ ਖਰੀਦਿਆ ਖੀਰਾ ਬੱਚਾ ਹਾਂ ਠੀਕ ਹੈ ਹਾਈਟ ਹੂਟ ਬਹੁਤ ਕਰੀ ਹੈ ਨਾ ਸਹੀ ਗੱਲ ਇਹਦਾ ਰਿਜ਼ਲਟ ਰਿਜ਼ਲਟ ਆਇਆ ਵੀ ਕਿਸ ਤਰ੍ਹਾਂ ਦਾ ਵਧ ਘੱਟ ਟੌਪ ਕਾਲੇ ਡੱਬੇ ਤੇਲੇ ਤਿੰਨ ਰੰਗ ਸੁੰਦਾ ਤਿੰਨ ਰੰਗ ਆਏ ਨੇ ਲੋਹੇ ਰੰਗ ਜਿਹਨੂੰ ਤੇਲਾ ਆਖ ਦਿੰਦੇ ਠੀਕ ਹੈ ਹਾਈਟ ਵੀ ਵਧੀਆ ਹੈਗੀ ਹਾਂਜੀ ਚਲੋ ਆਹ ਚੀਜ਼ ਵੀ ਹੈਗੀ ਹੈ ਨਾ ਚੰਗੀ ਗੱਲ ਠੀਕ ਹੈ ਵੀਰੇ ਧੰਨਵਾਦ ਲੈ ਵੀ ਦੋ ਬੱਕਰੀਆਂ ਹੋਰ ਦਿਖਾ ਦਿੰਦੇ ਹਾਂ ਪੱਠਾਂ ਇੱਕ ਆਹ ਸੂਈ ਹੋਈ ਹੈ ਬਾਈ ਹਾਂ ਪਹਿਲਾਂ ਸੂਆ ਲਿਆ ਤੂੰ ਪਹਿਲਾਂ ਸੂਆ ਲਿਆ ਉਹ ਤੋਂ ਵੀ ਲਿਆ ਹੋਇਆ ਉਹਦੇ ਤੋਂ ਵੀ ਲਿਆ ਦੋਵੇਂ ਬੱਕਰੀ ਨੇ ਯਾਰ ਹੈ ਠੀਕ ਹੈ ਕੀ ਮੁੱਲ ਕੀਤਾ ਬਾਈ ਜੀ ਦੋਨਾਂ ਦਾ ਬਾਈ 35,000 ਮੰਗਦੇ ਆਪਾਂ 35,000 ਦੰਦਾਂ ਦੀ ਕਿਵੇਂ ਨੇ ਦੰਦਾਂ ਦੀ ਇਹ ਤਾਂ ਨਵੇਂ ਦੰਦ ਹੈ ਉਹ ਪੂਰੇ ਦੰਦ ਹੈ ਉਹ ਲਾਗੀ ਦੰਦ ਹੈ ਪੂਰੇ ਦੰਦ ਠੀਕ ਹੈ ਕਿਆ ਕੰਮ ਕਰਦੇ ਹੋ ਬਾਈ ਜੀ ਮੈਂ ਫੌਜੀ ਹਾਂ ਬਾਈ ਫੌਜੀ ਕਦੋਂ ਕਦੋਂ ਮੈਨੂੰ ਹੋ ਗਏ 12 ਸਾਲ 12 ਸਾਲ ਜੋਬ ਕਰਦੇ ਹੋ BSF ਠੀਕ ਹੈ ਬੱਕਰੀਆਂ ਕਿਉਂ ਰੱਖ ਰੱਖੀਆਂ ਨੇ ਫਿਰ ਇਹ ਤਾਂ ਸ਼ੌਂਕ ਨੂੰ ਰੱਖੀਆਂ ਬਾਈ ਦੀ ਤੇਰੀ ਨੇ ਵੀਡੀਓ ਦੇਖ ਕੇ ਰੱਖੀਆਂ ਅੱਛਾ ਕਿਹੜਾ ਇਲਾਕਾ ਆਪਣਾ ਅਬੋਹਰ ਅਬੋਹਰ ਠੀਕ ਹੈ ਕਿੰਨੀਆਂ ਰੱਖੀਆਂ ਸੀ ਇਹ ਹੋ ਗਏ ਮੈਨੂੰ 2 ਸਾਲ 2 ਸਾਲ ਰੱਖੀ ਵੀਡੀਓ ਦੇਖ ਕੇ ਰੱਖੀ ਤੇ ਵੀਡੀਓ ਦੇਖ ਕੇ ਰੱਖੀ ਅੱਛਾ ਹੁਣੇ ਵੇਚਣ ਕਾ ਤੋਂ ਆਏ ਹੋ ਇਹ ਬਈ ਹੁਣ ਟਾਈਮ ਨਹੀਂ ਲੱਗਦਾ ਨਾ ਜਾਨਵਰ ਹੋ ਗਏ ਇਹਨਾਂ ਦੇ ਬੱਚੇ ਹੋ ਗਏ ਅੱਛਾ ਤੇ ਫਿਰ ਘਰੇ ਟਾਈਮ ਨਹੀਂ ਲੱਗਦਾ ਤੁਸੀਂ ਫਿਰ ਡਿਊਟੀ ਤੇ ਰਹਿੰਦੇ ਹੋ ਡਿਊਟੀ ਤੇ ਰਹਿਣ ਕਰਕੇ ਫਿਰ ਟਾਈਮ ਨਹੀਂ ਲੱਗਦਾ ਇਹ ਵੇਚਣੀਆਂ ਨੇ ਵੇਚਣੀ ਖੇਤੀ ਵੀ ਕਰਦੇ ਹੋ ਖੇਤੀ ਵੀ ਕਰਦੇ ਹਾਂ ਆਪਣੇ ਕਿੰਨੂ ਦਾ ਬਾਗ ਹੈ ਅੱਛਾ ਹਾਂ 8 ਕਿੱਲੇ ਬਾਗ ਹੈ ਆਪਣੇ ਕਿੰਨੂ ਦਾ ਬਾਗ ਹਾਂ ਫਿਰ ਉਧਰ ਵੀ ਸਮਾਂ ਦੇਣਾ ਪੈਂਦਾ ਹਾਂ ਉਧਰ ਵੀ ਟਾਈਮ ਦੇਣਾ ਉਧਰ ਬੰਦਾ ਰੱਖਿਆ ਸੀਰੀ ਰੱਖਿਆ ਇੱਕ ਠੀਕ ਹੈ ਜੀ ਕਿੰਨੇ ਸਾਲ ਦੀ ਜੋਬ ਰਹੇਗੀ ਫਿਰ ਜੋ ਤਾਂ ਬਈ 4 ਸਾਲ 8 ਸਾਲ ਜੋਬ ਹੋਰ ਕਰਾਂਗੇ 8 ਸਾਲ ਹੋਰ ਕਰਨੀ ਠੀਕ 8 ਸਾਲ ਜੋਬ ਕਰਕੇ ਫਿਰ ਅੱਗੇ ਕੀ ਕੰਮ ਕਰਨਾ ਅੱਗੇ ਖੇਤੀ ਹੈਗੀ ਹੈ ਖੇਤੀ ਹੈਗੀ ਹੈ ਚਲੋ ਚੰਗੀ ਗੱਲ ਹੈ ਠੀਕ ਹੈ ਫੌਜੀ ਸਾਹਿਬ ਓਕੇ ਇਹ ਬੱਕਰੀਆਂ ਤੇ ਕੁਛ ਲੱਗੇਗਾ ਲੱਗੇ ਇਹਨਾਂ ਦੇ ਲੱਗ ਰਹੇ ਹੈ ਕਿਆ ਪੈਸੇ ਲੱਗਿਆ ਕੀ ਆਏ 20 ਬਾਈ 20 ਬਾਈ 1000 ਰੁਪਇਆ 20 ਬਾਈ 1000 ਰੁਪਇਆ ਵਜਨ ਕਿੰਨਾ ਕੋ ਤੁਹਾਡੇ ਐਸਟੀਮੇਟ ਨਾਲ ਵਜਨ ਦਾ ਤਾਂ ਨਹੀਂ ਪਤਾ ਬਾਈ ਕਿੰਨਾ ਗੱਬਣਗੇ ਕਿ ਦੋਗੇ ਜਾਂ ਫੰਡਰ ਇਹ ਤਾਂ ਇੱਕ ਫੰਡਰ ਕਰਕੇ ਮੰਨੋ 20 ਦਿਨਾਂ ਦੀ ਉਹ ਗੱਬਣ ਹੈ ਅੱਛਾ ਕਿੰਨੇ ਟਾਈਮ ਦੀ ਗੱਬਣ ਇਹ 2 ਮਹੀਨੇ ਦੀ ਦੋ ਢਾਈ ਮਹੀਨੇ ਦੀ ਗੱਬਣ ਇਹ ਫੰਡਰ ਇਹ 20 ਦਿਨਾਂ ਦੀ ਗੱਬਣ ਹੈ ਨਾ ਮੰਨ ਕੇ ਚਲੋ ਵੀ ਵਜਨ ਵੀ ਹੋਊਗਾ ਘੱਟੋ ਘੱਟ 40-40 ਕਿਲੋ ਦੀ ਤਾਂ ਹੋਣਗੀ ਹਾਂ ਜ਼ਿਆਦਾ ਹੋਣਗੇ ਬਈ 45-50 ਕਿਲੋ ਦੀ ਮੰਨ ਕੇ ਚਲੋ ਵੀ ਹੋਣਗੀਆਂ ਨਾ ਠੀਕ ਹੈ ਫੌਜੀ ਸਾਹਿਬ ਓਕੇ ਬਈ ਧੰਨਵਾਦ ਕੀ ਹਾਲ ਆ ਬਾਈ ਵਧੀਆ ਵੀਰੇ ਕਿਹੜਾ ਪਿੰਡ ਹੈ ਸਹਾਰਾ ਬਾਈ ਸਹਾਰ ਹਾਂ ਮਹਿਲਕਲਾਂ ਮਹਿਲਕਲਾਂ ਦੀ ਬਣਾਉ ਤੈਨੂੰ ਸ਼ਾਨ ਹੈ ਨਾ ਤੂੰ ਫੁਲਕਾਰੀ ਕੱਢਦੀ ਕੱਢੇ ਤੇਰੀ ਫੁਲਕਾਰੀ ਛੱਡ ਜਾਣ ਹੋਰ ਠੀਕ ਹੈ ਹਾਂ ਕੀ ਭਾਅ ਮੰਗਿਆ ਮੁੱਲ ਬਾਈ 32,000 32,000 ਲੱਗਿਆ ਕੀ ਹੈਗਾ ਲੱਗਾ 22,000 ਰੁਪਇਆ ਲੱਗਿਆ ਬੋ ਕੀ ਬੜਾ ਲਵਾਇਆ ਤੇ ਹੈ ਕਿੰਨਾ ਲੱਗਿਆ 22,000 ਵੀਰੇ 22,000 ਹਾਂ ਮੰਗਣਾ ਲੱਗ ਗਈ ਸੀ ਵਧੀਆ ਯਾਰ ਹੈ ਨਹੀਂ ਘੱਟ ਥੋੜ੍ਹੀ ਘੱਟ ਜੀ ਥੋੜ੍ਹੀ ਜਿਹੀ ਘੱਟ ਕਿੰਨੇ 25 ਦਾ ਵੇਚਣਾ ਹਾਂ ਪੱਕੀ ਗੱਲ ਪੱਕੀ ਗੱਲ ਲੈ 25 ਦਾ ਵੇਚਣਾ ਮੁੰਡਾ ਕਹਿੰਦਾ ਦੰਦ ਕਿੰਨੇ ਹੋ ਗਏ ਇਹ ਦੰਦ ਬਈ 6 ਵਜਨ ਦਾ ਐਸਟੀਮੇਟ ਜਾਂ ਕੀ ਹੈ ਵਜਨ ਬਈ ਤੋਲਿਆ ਤੱਕ ਜਾ ਕੇ ਕਿੰਨਾ ਵੀ ਹੈਗਾ 80 ਕਿਲੋ ਘੱਟ ਹੈ
ਬਸ 70-80 ਕਿਲੋ 70 ਕਿਲੋ ਹੋਊਗਾ ਨਾ 70 ਕਿਲੋ ਹੋਊਗਾ ਲਗਭਗ 22000 ਲੱਗ ਗਏ ਹਾਂ ਉਹੀ ਤਾਂ ਨਹੀਂ ਕਹਿੰਦਾ ਨਹੀਂ ਨਹੀਂ ਉਹ ਨਹੀਂ ਕਹਿੰਦੇ ਠੀਕ ਹੈ ਚੰਗਾ ਵੀਰੇ ਹੈ ਚੰਗਾ